ਹੈਲੋ ਗਾਇਸ, ਕੈਸੇ ਹੋ? ਉਮੀਦ ਕਰਦਾ ਤੁਸੀਂ ਬਹੁਤ ਵਧੀਆ। ਗੱਲ ਲਓ ਜੀ, ਅੱਜ ਮਿੱਤਰੋ ਥੋੜ੍ਹਾ ਜਿਹਾ ਜਿਹੜਾ ਅਪਸੈਟ ਹੈ ਭਾਈ, ਇਸ ਲਈ ਕਿ ਤੋਤਾ ਜਿਹੜਾ ਨਾ ਜੀ ਯਾਰ ਭਾਈ ਕਾ ਬਿਮਾਰ ਹੈ, ਔਰ ਅਭੀ ਜਨਾਬ ਲੈ ਕੇ ਜਾ ਰਹੇ ਅਸੀਂ ਪੂਰੇ ਪਾਣ ਇਹਨੂੰ ਹੋਸਪਿਟਲ, ਔਰ ਦੇਖਦੇ ਹਾਂ ਕਿ ਕੀ ਹੋਸਪਿਟਲ ਵਾਲੇ ਦੱਸਦੇ ਕਿ ਇਸ ਦੀ ਕਿ ਪੈਰਾਂ 'ਤੇ ਨਾ ਇਹਦੇ ਕੋਲ ਨਹੀਂ ਖਲੋ ਪਾ ਰਿਹਾ ਹੈ। ਪੈਰਾਂ 'ਤੇ ਖਲੋਂਦਾ ਫਿਰ ਡਿੱਗ ਜਾਂਦਾ, ਅਤੇ ਰਾਤ ਦਾ ਉਲਟੀਆਂ ਵੀ ਕਰਦੇ। ਹੁਣ ਇੱਥੇ ਲੈ ਕੇ ਜਾ ਰਹੇ ਸੀ ਇਹਦੇ ਕੋਲ ਡਾਕਟਰ ਕੋਲ, ਡਾਕਟਰ ਇਹਦਾ ਵੇਟ ਕਰੇਗਾ, ਵੇਟ ਕਰਕੇ ਦੇਖੇਗਾ ਕਿ ਕਿੰਨਾ ਕੁ ਇਹਦਾ ਵਜ਼ਨ ਆ, ਫਿਰ ਉਸ ਹਿਸਾਬ ਨਾਲ ਮੈਡੀਸਨ ਦੇਗਾ। ਕਿ ਦੇਖੋ ਕਿ ਜਿੰਨੇ ਵੀ ਤੁਸੀਂ ਡੀਰਨ ਲਾਵਰ ਨਾ, ਜਿੰਨੇ ਵੀ ਲੋਕ, ਬੜਾ ਖਿਆਲ ਰੱਖੋ ਆਪਣੇ ਡੀਰਨਾਂ ਦਾ, ਔਰ ਬਹੁਤ ਅੱਛੇ ਡੀਰਨ ਲਫ਼ਜ਼ ਸੋਰੀ ਮੈਂ ਬੋਲ ਰਿਹਾ ਕਿ ਜਾਨਵਰਾਂ ਦਾ, ਆਪਣਾ ਕੋਈ ਵੀ ਪਰਿੰਦਾ ਵਾ, ਕੋਈ ਚੀਜ਼ ਵੀ ਆ, ਮਗਰ ਬੜਾ ਉਹਨਾਂ ਦਾ ਧਿਆਨ ਰੱਖੋ, ਇਸ ਦੀ ਕਿ ਕੇਅਰਫੁਲ ਰਹੋ, ਉਹਨਾਂ ਨੂੰ ਠੰਡ ਤੋਂ ਬਚਾਓ। ਜਿੱਦਾਂ ਅੱਜ ਕੱਲ੍ਹ ਮੌਸਮ ਗਰਮੀਆਂ ਦਾ, ਗਰਮੀਆਂ ਵੀ ਇਹਨਾਂ ਨੂੰ ਲੱਗ ਜਾਂਦੀਆਂ ਵਾ, ਠੰਡ ਵੀ ਲੱਗ ਜਾਂਦੀ ਆ, ਅਤੇ ਮਗਰ ਇਹਨਾਂ ਨੂੰ ਮੈਡੀਸਨ ਔਰ ਇਹਨਾਂ ਦੀ ਖੁਰਾਕ, ਔਰ ਖਾਸ ਕਰ ਜਿਹੜਾ ਇਹਨਾਂ ਦਾ ਪਿੰਜਰਾ ਜਿਹੜਾ ਉਹ ਲਾਜ਼ਮੀ ਸਾਫ਼ ਕਰਕੇ ਰੱਖਿਆ ਕਰੋ, ਇਸ ਵਜ੍ਹਾ ਤੋਂ ਕਿ ਉਹਨੂੰ ਕਹਿੰਦੇ ਆ ਕਿ ਇਹਨਾਂ ਨੂੰ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ। ਲਾ ਲਓ ਕਿ ਜਿੱਦਾਂ ਟੱਟੀਆਂ ਲੱਗ ਜਾਂਦੀਆਂ, ਉਲਟੀਆਂ, ਅਤੇ ਕਿ ਵੱਧ ਹਜ਼ਮੀ ਟੈਪ ਮੇਦੇ 'ਚ ਹੋ ਜਾਂਦੀ ਹੈ, ਕਿ ਜੇ ਪਿੰਜਰਾ 'ਚ ਗੰਦੀ ਗੁੰਦੀ ਚੀਜ਼ ਖਾ ਲੈਣ, ਅਤੇ ਲਾਜ਼ਮੀ ਇਹਨਾਂ ਦਾ ਪਿੰਜਰਾ ਪੁੰਜਰਾ ਸਾਫ਼ ਰੱਖੋ। ਲਓ ਜੀ, ਫਿਰ ਭਾਈ ਜੀ ਬਾਰਿਸ਼ ਵੀ ਪੂਰੇ ਭਾਰਨਾ ਪੈ ਰਹੀ ਹੈ, ਅਤੇ ਲਓ ਜੀ ਮੈਂ ਅਤੇ ਮੇਰਾ ਬ੍ਰਦਰ ਫਿਰ ਜਾਂਦੇ ਹਾਂ ਇਹਨੂੰ ਡਾਕਟਰ ਕੋਲ ਲੈ ਕੇ, ਅਤੇ ਔਰ ਜਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਕੀ ਉਹਨਾਂ ਨੇ ਦੱਸਿਆ ਅਤੇ ਕੀ ਇਹਦਾ ਡਾਕਟਰ ਕਰਦੇ ਇਲਾਜ। ਲਓ ਜੀ, ਫਿਰ ਮਿੱਤਰੋ ਮਿਲਦੇ ਹਾਂ ਅਸੀਂ ਇਹਨਾਂ ਦੇ ਹੋਸਪਿਟਲ 'ਚ, ਜਿੱਥੇ ਜਾਨਵਰਾਂ ਦਾ ਹੋਸਪਿਟਲ। ਬਾਰਿਸ਼ ਵੀ ਬਹੁਤ ਜ਼ਿਆਦਾ ਤੇਜ਼ ਪੈਣ ਲੱਗ ਗਈ, ਦੇਖੋ ਚੈੱਕ ਕਰੋ, ਬਹੁਤ ਤੇਜ਼ ਬਾਰਿਸ਼ ਪੈਣ ਲੱਗ ਗਈ ਹੈ। ਮਗਰ ਲਾਜ਼ਮੀ ਇਹਨੂੰ ਲਿਜਾਣਾ, ਲਾਜ਼ਮੀ ਇਸ ਲਈ ਕਿ ਰਾਤ ਦਾ ਇਹਨਾਂ ਬਿਮਾਰ ਹੋਇਆ ਵਾ, ਇਸ ਵਜ੍ਹਾ ਤੋਂ ਇਹਨੂੰ ਲਾਜ਼ਮੀ ਲੈ ਕੇ ਜਾਣਾ। ਵੇਖੋ ਨੈਵੀਗੇਸ਼ਨ ਲਾਇਆ ਹੋਇਆ ਵਾ, ਜਿੱਥੇ ਉਹਨੂੰ ਕਹਿੰਦੇ ਆ ਇਹਨਾਂ ਦਾ ਹੋਸਪਿਟਲ ਪਰਿੰਦਿਆਂ ਦਾ। ਲਓ ਜੀ, ਫਿਰ ਮਿੱਤਰੋਂ ਜਾ ਕੇ ਸਟੇਨ ਬੈਗ ਹੈ, ਇੱਥੋਂ ਸਾਡੇ ਹੈ ਕੋਈ ਅੱਧੇ ਘੰਟੇ ਦਾ ਸਫ਼ਰ ਆ ਸਟੇਨ ਬੈਗ ਦਾ, ਜਿੱਥੇ ਲੈ ਕੇ ਜਾ ਰਹੇ ਤੋਤੇ ਨੂੰ। ਅਤੇ ਲਾਜ਼ਮੀ ਮੈਂ ਵਾਰ ਵਾਰ ਕਹਿ ਰਿਹਾ ਕਿ ਆਪਣੇ ਜਿਹੜਾ ਕੇਜ ਹੈ ਨਾ ਇਹਨਾਂ ਦਾ, ਜਿਨ੍ਹਾਂ 'ਚ ਤੁਸੀਂ ਪਰਿੰਦੇ ਲਾਦੇ, ਇਹਨਾਂ ਨੂੰ ਲਾਜ਼ਮੀ ਸਾਫ਼ ਰੱਖਿਆ ਕਰੋ। ਇਸ ਵਜ੍ਹਾ ਤੋਂ ਕਿ ਸਾਫ਼ ਨਾ ਕੀਤਾ ਜਾਵੇ ਤਾਂ ਫਿਰ ਕੋਈ ਨਾ ਕੋਈ ਚੀਜ਼ ਖਾ ਲੈਂਦੇ ਆ, ਅਤੇ ਇੱਦਾਂ ਹੀ ਆਈ ਥਿੰਕ ਹੋਇਆ ਵਾ। ਮਗਰ ਸਾਫ਼ ਸੀ ਫਿਰ ਵੀ ਪਿੰਜਰਾ, ਪਤਾ ਨਹੀਂ ਕੀ ਹੋਇਆ। ਮਗਰ ਹੁਣ ਜਾ ਕੇ ਦੇਖਦੇ ਹਾਂ, ਡਾਕਟਰ ਨੂੰ ਚੈੱਕ ਚੁੱਕ ਕਰੇਗਾ, ਤਾਂ ਦੇਖਦੇ ਹਾਂ ਇੱਥੇ ਕੀ ਹੈ ਇਹਨੂੰ। ਲਓ ਜੀ, ਫਿਰ ਮਿੱਤਰ ਹੁਣ ਜਾ ਕੇ ਫਿਰ ਮਿਲਦੇ ਹਾਂ ਜਨਾਬ ਡਾਕਟਰ ਦੇ ਅੱਗੇ, ਵੀ ਤੁਹਾਨੂੰ ਕਿਹਾ ਜੀ ਤੁਹਾਨੂੰ ਫਿਰ ਮਿਲਦੇ ਹਾਂ ਜਾ ਕੇ ਡਾਕਟਰ ਦੇ ਕੋਲ। ਬਾਰਿਸ਼ ਬਹੁਤ ਤੇਜ਼ ਪੈ ਰਹੀ, ਸ਼ਾਇਦ ਆਵਾਜ਼ ਤੁਹਾਨੂੰ ਨਹੀਂ ਸੁਣਾਈ ਦਿੱਤੀ ਗਈ, ਮਗਰ ਕੋਸ਼ਿਸ਼ ਪੂਰੀ ਕਰਨ ਦਿਆ ਭਾਈ ਤੇਜ਼ ਬੋਲਣ ਜੀ। ਮਿੱਠੂ ਨੇ ਜਿਹੜਾ ਲੈ ਆਏ ਆ, ਅਤੇ ਹੁਣ ਚਲੋ ਜੀ ਜਾਂਦੇ ਹਾਂ ਜਰਾ ਇਹਨਾਂ ਦੇ ਹੋਸਪਿਟਲ ਆ ਗਿਆ ਇਹਨਾਂ ਦਾ। ਲਓ ਜੀ, ਫਿਰ ਅੰਦਰ ਜਾਂਦੇ ਹਾਂ ਤਾਂ ਦੇਖਦੇ ਹਾਂ ਕੀ ਕਹਿੰਦੇ ਮਿੱਠੂ। ਆ ਵੇਖੋ ਡੀਰਨ ਜਾਨਵਰਾਂ ਦਾ ਹੋਸਪਿਟਲ, ਉਹ ਵੇਖੋ ਅੰਦਰ ਇੱਕ ਫਿਰ ਆਉਂਦੇ ਆ ਨਾ ਬਾਂਦਰੀ। ਲਓ ਜੀ, ਫਿਰ ਮਿੱਤਰੋ ਐ ਇਹਨਾਂ ਦੀਆਂ ਖੁਰਾਕਾਂ ਚੈੱਕ ਕਰਦੇ ਫਿਰ ਤੋਤੇ ਨੂੰ। ਚੈੱਕ ਕਰਦੇ ਆ, ਲੈਸੇ ਤਾਂ ਕੋਈ ਆਈ ਨਹੀਂ ਹੈ, ਉਹ ਆਉਣਾ ਨਹੀਂ ਬੁੱਢੀ, ਤਾਂ ਫਿਰ ਪੁੱਛਦੇ ਆ ਉਹਨੂੰ ਕੀ ਕਹਿੰਦੇ ਆ ਵੀ ਆ। ਇਹਨਾਂ ਦੀ ਮੈਡੀਸਨਾਂ ਲੱਗੀਆਂ ਹੋਈਆਂ, ਖੁਰਾਕਾਂ ਵੀ ਆ, ਮੈਡੀਸਨ ਵੀ ਆ। ਉਹ ਵੇਖੋ ਪਰਾਂ ਪੂਰਾ ਦਿਲ ਕਰਿਆ ਉਹ ਉੱਥੇ ਲੈ ਕੇ ਜਾਣਾ, ਉਹ ਕਮਰੇ 'ਚ ਸ਼ਾਇਦ ਆਈ ਥਿੰਕ, ਮੈਨੂੰ ਲੱਗਦਾ ਉਹ ਕਮਰੇ 'ਚ ਪੂਰਾ, ਜਿੱਦਾਂ ਬੰਦਿਆਂ ਦੇ ਹੋਸਪਿਟਲ 'ਚ ਦਵਾਈਆਂ ਦੀ ਮੈਡੀਸਨ ਦੀ ਮਹਿਕ ਜੀ ਆਉਂਦੀ ਨਾ, ਇੱਥੋਂ ਵੀ ਇੱਦਾਂ ਸੇਮ ਆ ਰਹੀ ਹੈ, ਸੇਮ ਮਹਿਕ। ਮੈਂ ਹਾਂ ਬੁੱਢੀ ਦੇ ਲੱਗਦਾ ਕੱਟਿਆ ਤਾਂ ਨਹੀਂ, ਉਹ ਲੱਗਦਾ ਦਿਖਾ ਰਹੀ ਸੀ ਇੱਦਾਂ ਕਿ ਜਿੱਦਾਂ ਲੱਗਦਾ ਕਿਸੇ ਕੁੱਤੇ ਨੇ ਕੱਟਿਆ ਕੁੱਟਿਆ ਨੂੰ। ਐਂ ਕਲੀਨਿੰਗ ਆ, ਦੇਖੋ ਹਾਲੇ ਸੇ ਤਾਂ ਕੋਈ ਆਇਆ ਤਾਂ ਨਹੀਂ, ਉਹ ਆ ਗਈ ਬੀਬੀ ਜੀ। ਜ਼ਰਾ ਇਹਨੂੰ ਕੰਬਲ ਕੁੰਬਲ ਤੋਂ ਬਾਹਰ ਕੱਢ ਲਈਏ, ਇੱਥੇ ਲੈ ਕੇ ਜਾਂਦੇ ਹਾਂ ਮਿੱਠੂ। ਇੱਥੇ ਉਹਨੂੰ ਲਪੇਟਿਆ ਹੋਇਆ ਸੀ, ਥੋੜ੍ਹਾ ਗਰਮ ਸੀ, ਤਾਂ ਦੇਖਦੇ ਹਾਂ। ਇਹਦਾ ਵੇਟ ਹੋਏਗਾ ਕਿੰਨਾ ਵਾ, ਦੇਖਦੇ ਚੈੱਕ ਕਰ ਰਹੇ ਡਾਕਟਰ।
ਨਹੀਂ ਜਾ ਰਿਹਾ ਤੇ ਕੋਈ ਨਾ ਕੱਟਣ ਦੇ ਚੱਕਰ ਚ ਪਿਆ ਡਾਕਟਰ ਨੂੰ ਚੈੱਕ ਕਰ ਰਹੇ Vanaf toen hij kreeg geen nieuw haar. Geen nieuwe veertjes. Kan wel meer krijgen of niet? Sorry, of je wel weer nieuwe kan krijgen? Ja, dat kan wel. ਉਹਦੇ ਜਿਹੜੇ ਪੰਜੇ ਨਾ ਉਹ ਵੀ ਦੇਖ ਰਹੀ ਹੈ ਕਿ ਪੈਰ ਨਹੀਂ ਉਹਦੇ ਪੈਰਾਂ 'ਤੇ ਖਲੋ ਨਹੀਂ ਸੀ ਉਹ ਪਾ ਰਿਹਾ ਪੈਰਾਂ 'ਤੇ ਅਜੇ ਤਾਂ ਦਰਦ ਆ ਨਹੀਂ ਪੁੱਛ ਰਹੀ ਹੈ ਕਿ ਰੋਟੀ ਰੋਟੀ ਖਾਂਦੀ ਕਿ ਨਹੀਂ ਰੋਟੀ ਰੋਟੀ ਉਹਨੇ ਚੈੱਕ ਕਰ ਲਿਆ ਕਰ ਰਹੀ ਹੈ ਉਹਨੂੰ ਚੈੱਕ ਵੈਲੀ ਪਖੋਨਾ ਕੋ ਵੈਲ ਮੈਚ ਸੇ ਕੇ ਤੁਮ ਦੀ ਖਬਰ ਹੋ ਦਨਨ ਨੋਈ ਇਹ ਤਾਂ ਗੋਲ ਮਤ ਨੋਈ ਸੀ ਐ ਮੈਂ ਕੰਮ ਤੀ ਫੰਦਾ ਵਸ ਇਟ ਡਿਕਟ ਬਾਈ ਡੌਸੋ ਮੈਂ ਵੈਲੀ ਨਹੀਂ ਚੈੱਕ ਕਰ ਦੀ ਪੁੱਛ ਰਹੀ ਹੈ ਕਿ ਕਿੱਥੋਂ ਲਿਆ ਸੀ ਜਰਮਨ ਚੋਂ ਲਿਆ ਸੀ ਇਹ Met particuliere mensen die de oude dieren ook hadden, de papa en de mama. Ja. Geen wat dan ook dat over. En hij mist ook een nageltje aan die kant, hè? Ja. Dat was al zo. Als ze begonnen. Want check car de kliniek. Dat is hoe hij geboren. Ja. ਦੇਖੋ ਕਿ ਜਿੱਦਾਂ ਬੰਦਿਆਂ ਨੂੰ ਚੈੱਕ ਕੀਤਾ ਜਾਂਦਾ ਤਾਂ ਪ੍ਰੋਪਰ ਤਰੀਕੇ ਨਾਲ ਚੈੱਕ ਕਰੋ ਕਿ ਤੋਤਿਆਂ ਨੂੰ ਚੈੱਕ ਕਰ ਰਹੇ ਅਗਲੇ ਸਹੀ ਤਰੀਕੇ ਨਾਲ ਉਹਨੇ ਚੈੱਕ ਕੀਤਾ ਜੀ ਲੈਣਗੇ ਇਹ ਤੋਤੇ ਦੀ ਮੈਡੀਸਨ ਦੇਖੋ ਖੁਦਾ ਕਰੇ ਸੁਬਹ ਸੇ ਤਾਂ ਸੈੱਟ ਹੋ ਜਾਏ ਇਹ ਅਕਸਰ ਮੇਰੀ ਵੀਡੀਓ 'ਚ ਤੁਹਾਨੂੰ ਪਤਾ ਜਦੋਂ ਰੈਸਪੀਆਂ ਬਣਾਉਂਦਾ ਉਦੋਂ ਆਉਂਦਾ ਹੁੰਦਾ ਬਾਤਾਂ ਦਿੰਦਾ ਹੁੰਦਾ ਪਿੱਛੇ ਅਕਸਰ ਮੇਰੀ ਰੈਸਪੀਆਂ ਦੇ ਵਿੱਚ ਆਉਂਦਾ ਹੁੰਦਾ ਲਓ ਜੀ ਮਿੱਤਰੋ ਇਹਦੀ ਫਿਰ ਮੈਡੀਸਨ ਆਉਂਦੀ ਹੈ ਤਾਂ ਤੁਹਾਨੂੰ ਦੱਸਦੇ ਕਿ ਕਿਹੜੀ ਮੈਡੀਸਨ ਹੈ ਜੀ ਵਾਸੀਆਂ ਲੈ ਰਿਹਾ ਵਾਸੀਆਂ ਨਹੀਂ ਉਲਟੀ ਰਿਹਾ ਵੱਜਦਾ ਨਹੀਂ ਵਾਸੀ ਲਈ ਨਹੀਂ ਤਾਂ ਕੱਲ੍ਹ ਇੱਦਾਂ ਉਲਟੀਆਂ ਹੋਸਪਿਟਲ ਅਸੀਂ ਇੱਦਾਂ ਦੇਖਿਆ ਕਿ ਜਿੱਦਾਂ ਦੇਖੋ ਪਾਕਿਸਤਾਨ ਵਾਂਗੂ ਮੈਡੀਸਨ ਜਿੱਦਾਂ ਵਿੱਚ ਲੱਗੀ ਹੋਈ ਆ ਮੈਡੀਸਨ ਲੱਗੀ ਅਤੇ ਮਗਰ ਤੋਤੇ ਬਾਰੇ ਉਹਨਾਂ ਨੇ ਕਿ ਥੋੜ੍ਹੀ ਜਿਹੀ ਮੈਡੀਸਨ ਦੇਣ ਲੱਗੇ ਮਗਰ ਉਹਨਾਂ ਨੇ ਅੱਗੇ ਰੈਫਰ ਕਰਤਾ ਕਹਿੰਦੇ ਬਹੁਤ ਜ਼ਿਆਦਾ ਜ਼ੀਕ ਆ ਮਤਲਬ ਬਹੁਤ ਜ਼ਿਆਦਾ ਬਿਮਾਰ ਆ ਅਤੇ ਤੁਸੀਂ ਇਹਨੂੰ ਨਾ ਇੱਕ ਹੋਰ ਹੋਸਪਿਟਲ ਦਾ ਐਡਰੈਸ ਦਿੱਤਾ ਕਹਿੰਦੇ ਉੱਥੇ ਬਣਾ ਕੇ ਨਾ ਅਪੁਆਇੰਟਮੈਂਟ ਅਤੇ ਉੱਥੇ ਲੈ ਜਾਓ ਇਹਦੇ ਬਲੱਡ ਬਲੂਡ ਟੈਸਟ ਹੋਣਗੇ ਸਾਰਾ ਕੁਛ ਦੱਸਣਗੇ ਅਤੇ ਕੀ ਇਹਨੂੰ ਬਿਮਾਰੀ ਹੈ ਕਿਉਂ ਇੱਦਾਂ ਖਾਂਦਾ ਪੀਂਦਾ ਨਹੀਂ ਪਿਆ ਅਤੇ ਕਿਉਂ ਇੱਦਾਂ ਕਮਜ਼ੋਰੀ ਹੋਈ ਹੈ ਅਤੇ ਦੇਖੋ ਹੁਣ ਮਿੱਤਰੋ ਇੱਥੋਂ ਦਰਾਏ ਦੀ ਮੈਡੀਸਨ ਥੋੜ੍ਹੀ ਜਿਹੀ ਲੈਂਦੇ ਹਾਂ ਅਤੇ ਫਿਰ ਉਹਨਾਂ ਨੂੰ ਫੋਨ ਕਰਕੇ ਅਤੇ ਉਲਟੀਆਂ ਟੁੱਟੀਆਂ ਦੀ ਦੇਣ ਲੱਗੇ ਆ ਮੈਡੀਸਨ ਅਤੇ ਫਿਰ ਉੱਥੇ ਜਾ ਕੇ ਚੈੱਕ ਕਰਦੇ ਹਾਂ ਕਿ ਕੀ ਕਹਿੰਦੇ ਉਹ ਫਿਰ ਬਲੱਡ ਬਲੂ ਟੈਸਟ ਕਰਨਗੇ ਲਓ ਜੀ ਇਹ ਮੈਡੀਸਨ ਦਿੱਤੀ ਆ ਇਹ ਮੈਡੀਸਨ ਦੇਖ ਕੇ ਨੇ ਇਹਨੂੰ ਦੇਖਦੇ ਹਾਂ ਇਹ ਨਾਲ ਸਰਿੰਜ ਆ ਨਾਲ ਸਰਿੰਜ ਦਿੱਤੀ ਆ ਅਤੇ ਦੱਸ ਰਹੀ ਆ ਕਿ ਹੁਣ ਵਿੱਚ ਬੁਖਾਰ ਦੀ ਵੀ ਹੈ ਨੀ ਕਿਆ ਵਿੱਚ ਬੁਖਾਰ ਦੀ ਵੀ ਸਾਰਾ ਸੈੱਟ ਓਕੇ €5 ਦੀ ਮੈਡੀਸਨ ਦਿੱਤੀ ਉਹਨਾਂ ਨੇ €5 ਲੱਗੇ ਮੈਡੀਸਨ 'ਤੇ ਜੀ ਉਹਨਾਂ ਨੇ ਉਹ ਪੁੱਛਦਾ ਕਿ ਮੈਡੀਸਨ ਨਾਲ ਸਹੀ ਹੋ ਜਾਏਗਾ ਕਿ ਕਲੀਨਿਕ ਤੌਰ 'ਤੇ ਲੈਣਾ ਚਾਹੀਦਾ ਦੂਸਰੇ ਹੋਸਪਿਟਲ 'ਚ ਉਹਨਾਂ ਕਹਿੰਦੇ ਨਹੀਂ ਲੈ ਕੇ ਜਾਓ ਥੈਂਕ ਯੂ ਬਦੰਗ ਲਓ ਜੀ ਮਿੱਤਰੋ ਫਿਰ ਹੁਣ ਅਸੀਂ ਦੂਸਰੇ ਹੋਸਪਿਟਲ ਫੋਨ ਕਰਦੇ ਤਾਂ ਮੈਡੀਸਨ ਦਿੱਤੀ ਦਵਾ ਮੰਗੋ ਜਨਾਬ ਦਵਾਵਾਂ 'ਚ ਯਾਦ ਰੱਖੋ ਕਿ ਮਿੱਠੂ ਸਾਡਾ ਸੈੱਟ ਹੋ ਜੇ ਜੀ ਮਿੱਤਰੋ ਮਿੱਠੂ ਸਾਹਿਬ ਥੋੜ੍ਹਾ ਜਿਹਾ ਸੈੱਟ ਹੋ ਗਏ ਡਾਕਟਰ ਕੋ ਆਏ ਆ ਥੋੜ੍ਹਾ ਜਿਹਾ ਸੈੱਟ ਹੋ ਕੇ ਜਾ ਕੇ ਇਹਨੂੰ ਮੈਡੀਸਨ ਦਿੰਦੇ ਹਾਂ ਹੋਰ ਮਜ਼ੀਦ ਸੈੱਟ ਹੋ ਜਾਣਗੇ ਚੱਕਰ ਮੋਢੇ 'ਤੇ ਚੜ੍ਹ ਕੇ ਆਪ ਹੀ ਬਹਿ ਗਏ ਆਣਗੇ ਪਹਿਲਾਂ ਕੱਪੜੇ 'ਚ ਸੀ ਕਹਿੰਦਾ ਛੱਡੋ ਮੈਨੂੰ ਹੁਣ ਮੋਢੇ 'ਤੇ ਆਣ ਕੇ ਬਹਿ ਗਿਆ ਨਹੀਂ ਤਾਂ
ਤੁਹਾਨੂੰ ਵੀਡੀਓ ਦੂਸਰੇ ਵੀ ਦਿਖਾਵਾਂਗਾ ਕਿ ਜਿੱਦਾਂ ਨਟਾਲ ਹੋਇਆ ਸੀ ਉਹ ਵੀ ਵਿੱਚ ਪਾਵਾਂਗਾ ਵੀਡੀਓ ਚੈੱਕ ਕਰਿਓ ਅਤੇ ਹੁਣ ਥੋੜ੍ਹਾ ਜਿਹਾ ਐਕਟਿਵ ਹੋ ਗਿਆ ਹਲੇ ਮੈਡੀਸਨ ਖਾਧੀ ਨਹੀਂ ਪਰ ਕੱਲ੍ਹ ਅਸੀਂ ਪੈਰਾਸੀਟਾਮੋਲ ਦੇ ਦਿੰਦੇ ਸੀ ਪਰ ਡਾਕਟਰ ਨੇ ਮਨਾ ਕੀਤਾ ਪੈਰਾਸੀਟਾਮੋਲ ਨਾ ਦਿਓ ਇਹ ਮੈਡੀਸਨ ਜਿਹੜੀ ਦਿੱਤੀ ਨਾ ਇਹ ਹੁੰਦੇ ਜਿਵੇਂ ਤੁਹਾਨੂੰ ਕਿਹਾ ਸੀ ਕਿ ਕੱਲ੍ਹ ਇੱਕ ਹੋਰ ਹੋਸਪਿਟਲ ਲੈ ਕੇ ਜਾਣਾ ਅਤੇ ਹੁਣ ਇੱਕ ਲੈ ਕੇ ਆਏ ਹੋਰ ਹੋਸਪਿਟਲ ਦੇਖਦੇ ਹਾਂ ਜੀ ਇੱਥੇ ਨੂੰ ਕੀ ਕਹਿੰਦੇ ਆ ਤੋਤੇ ਨੂੰ ਪਰ ਕੱਲ੍ਹ ਦਾ ਮਜੀਦ ਜ਼ਿਆਦਾ ਢਿੱਲਾ ਹੋ ਗਿਆ ਬਹੁਤ ਸਾਲ ਉਹਨਾਂ ਕੀ ਬੰਦਾ ਸਾਡੇ ਤੇ ਪਾਕਿਸਤਾਨ ਏਦਾਂ ਮੁਰਗੀਆਂ ਤੱਟੀਆਂ ਤਾਂ ਕਰਕੇ ਉਹ ਮਾਰਦੇ ਆ ਪਕਾ ਕੇ ਖਾਧੀ ਵੀ ਜਾਂਦੀ ਹੈ ਤੇ ਪਰ ਵੇਲਾ ਅਗਲੀ ਡਾਕਟਰ ਕੋਲ ਲੈ ਕੇ ਆਈ ਉਹ ਆਪਣੀ ਮੁਰਗੀ ਨੂੰ ਕਿ ਮੇਰੀ ਮੁਰਗੀ ਜਰਾ ਥੋੜ੍ਹੀ ਜਿਹੀ ਬਿਮਾਰ ਆ ਤੇ ਚੈੱਕ ਕਰਿਓ ਜਰਾ ਇਹਦੇ ਨਾਲ ਇੱਕ ਚੈਨੀਜ਼ ਆ ਉਹ ਬਿੱਲੀ ਲੈ ਕੇ ਆਈ ਹੋਈ ਹੈ ਚੀਨੀਜ਼ ਕੁੜੀ ਉਹ ਬਿੱਲੀ ਲੈ ਕੇ ਆਈ ਆਪਣੀ ਤਾਂ ਅਸੀਂ ਤੋਤਾ ਲੈ ਕੇ ਆਏ ਹੋਏ ਇੱਥੇ ਹੋਸਪਿਟਲ Ja, kijk, zo is het lastig. Hier. Ja, ik moet helemaal de bovenkant eraf halen. Nee, ik ben helemaal klaar. Ja. Weet je wel. En sinds wanneer is dit iets van de laatste... Sinds? Door het in de nooit. Sinds 2-3 dagen of zo. Ja, 2-3 dagen. Ja. Maar even opmerking. Een paar maanden geleden, een vriend van mij. Ja. Hij heeft zijn vleugels gewoon afgeknipt. Gewoon ja. Zelf. Ja. Maar ja. Ik weet niet of dat zeg maar te maken heeft of niet. Want normaal, wij hebben ook een vogel. Ja. En die zeg maar, die zijn gewoon lang, weet je wel. Ja. En van hem groeit gewoon niet. Nee, precies. Want die zijn gewoon, ik weet niet, het is gewoon raar afgeknipt. Ja, het is wel heel kort inderdaad, dit zo te zien. Ja. Dat, Nee, die parande barregal badkar. Rustig maar. Wel een vriendelijke vogel, geloof ik, ja? Ja, sowieso. Ja, dat is wel heel kort geknipt inderdaad, ja. Nou moet ik wel zeggen dat aangroeien dat duurt altijd weer even, want ze ruien normaal gesproken 2 keer per jaar. Dus dat gaat wel goed. En zijn er gekke dingen gebeurd? Hij is niet gevallen of zo? Nee. Guys, oké, met toen als iets hadden ja, de dwangmat je had er ook gedaan om jezelf toch jezelf tandrustig te krijgen. Is die kon aan je uiten na om daarvoor gaan leren toen aan je kijken. ਇੱਥੇ ਦਿਨ ਦਾਖਲ ਰਹਿਣ ਦਿਓ ਤੁਸੀਂ ਸ਼ਾਇਦ ਆਈ ਥਿੰਕ 2 ਕੁ ਦਿਨ ਦਾਖਲ ਰਹੇਗਾ ਜਾਂ ਸ਼ਾਇਦ ਕੱਲ੍ਹ ਮਗਰ 1 ਦਿਨ ਜਾਂ 2 ਦਿਨ ਰਹੇਗਾ ਉਹਨਾਂ ਨੂੰ ਕਿਹਾ ਦੱਸ ਦਾਂਗੇ ਤੁਹਾਨੂੰ ਕਿ ਕੀ ਇਹਦਾ ਅੰਦਰ ਜੋ ਕਰਨਗੇ ਕੈਮਰਾ ਪਾਉਣਗੇ ਔਰ ਦੱਸਣਗੇ ਕਿਉਂਕਿ ਉੱਦਾਂ ਮਜ਼ੀਦ ਉਹ ਦੱਸ ਰਹੀ ਸੀ ਕਿ ਇਹਨੇ ਨਾ ਕੋਈ ਐਸਾ ਪੱਤਾ ਖਾ ਲਿਆ ਵਾ ਅਤੇ ਉਹਦੀ ਵਜ੍ਹਾ ਨਾਲ ਇਹਨੂੰ ਨਾ ਜਿੱਦਾਂ ਮੇਦੇ 'ਚ ਕੋਈ ਐਸਾ ਇਨਫੈਕਸ਼ਨ ਜਿਹਾ ਹੋ ਗਿਆ ਅਤੇ ਦੁਆ ਕਰੋ ਕਿ ਜਲਦ ਤੋਂ ਜਲਦ ਤੋਤਾ ਜਿਹੜਾ ਘਰ ਆ ਜਾਵੇ ਇਸ ਦੀ ਕਿ ਜਦੋਂ ਜਾਨਵਰ ਰੱਖੋ ਤਾਂ ਉੱਥੇ ਮੈਂ ਦੇਖਿਆ ਕਿ ਵੇਖੋ ਕਿ ਵੀਡੀਓ ਦੇ ਵਿੱਚ ਮੁਰਗੀ ਲੈ ਕੇ ਆਈ ਹੋਈ ਅਤੇ ਆਪਣੇ ਉੱਧਰ ਇੱਦਾਂ ਮੁਰਗੀਆਂ ਤੱਤੀ ਠੰਡੀ ਹੋ ਜਾਂਦੀ ਤਾਂ ਲੋਕ ਉੱਦਾਂ ਹੀ ਖਾ ਜਾਂਦੇ ਆ ਜਿੱਦਾਂ ਕਹਿੰਦੇ ਨੇ ਕਿ ਗਰੀਬ ਮੁਰਗਾ ਮੁਰਗੀ ਉਦੋਂ ਖਾਂਦਾ ਮੁਰਗਾ ਮੁਰਗੀ ਕਿ ਜਦੋਂ ਗਰੀਬ ਬਿਮਾਰ ਹੋਵੇ ਤਦ ਖਾਂਦਾ ਅਤੇ ਜਾਂ ਮੁਰਗੀ ਬਿਮਾਰ ਹੋਵੇ ਤਦ ਖਾਂਦਾ ਅਤੇ ਮੈਂ ਅਗਰ ਦੇਖਿਆ ਕਿ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਆਪਣੇ ਜਾਨਵਰਾਂ ਨਾਲ ਗੋਰੇ ਅਸੀਂ ਉੱਥੇ ਰੱਖੇ ਸੀ ਕਾਫੀ ਮੈਂ 2 ਕੁੱਤੇ ਰੱਖੇ ਹੋਏ ਸੀ ਇੱਦਾਂ ਹੀ ਫਿਰਦੇ ਪਏ ਸੀ ਅਤੇ ਉਹ ਮੈਂ ਰੱਖ ਲਏ ਬਸ 12 ਫਿਰਦੇ ਪਏ ਅਤੇ ਉਹਨਾਂ ਨੂੰ ਮੈਂ ਨਾ ਅਡੋਪਟ ਕਰ ਲਿਆ ਅਤੇ ਉਹਨਾਂ ਨੂੰ ਨਾ ਮੈਂ ਰੱਖਿਆ ਕਾਫੀ ਦੇਰ ਅਤੇ ਉਹ ਪਤਾ ਨਹੀਂ ਕਿਸੇ ਨੇ ਇੱਕ ਨੂੰ ਤਾਂ ਜ਼ਹਿਰ ਦੇ ਦਿੱਤਾ ਅਤੇ ਇੱਕ ਕੁੱਤਾ ਜਵਾਨ ਹੋ ਗਿਆ ਅਤੇ ਅਸੀਂ ਇੱਕ ਪਿੰਡ ਵਾਲਿਆਂ ਨੂੰ ਨਾ ਦੇ ਦਿੱਤਾ ਉਹਨਾਂ ਸਾਡੇ ਕੋਲ ਲੈ ਗਿਆ ਕਹਿੰਦਾ ਯਾਰ ਮੈਨੂੰ ਦੇ ਦਿਓ ਅਤੇ ਗਾਉਂ 'ਚ ਉਹਨਾਂ ਦਾ ਘਰ ਸੀ ਪਿੰਡ 'ਚ ਅਤੇ ਅਸੀਂ ਉਹਨਾਂ ਨੂੰ ਦੇ ਦਿੱਤਾ ਅਤੇ ਉਹ ਕਾਫੀ ਸਾਲ ਬਾਅਦ ਮੈਂ ਗਿਆ ਅਤੇ ਉਹ ਸਾਨੂੰ ਦੇ ਕੇ ਪਹਿਚਾਣ ਲਿਆ ਉਹਨੇ ਕੁੱਤੇ ਨੇ ਉਹ ਭਾਈ ਆਪਣੇ ਬੱਚਿਆਂ ਵੱਲ ਵੀ ਦੇਖੇ ਅਤੇ ਸਾਡੇ ਵੱਲ ਵੀ ਦੇਖੇ ਮਗਰ ਫਿਰ ਵੀ ਉਹ ਸਾਡੇ ਆਣ ਕੇ ਪੈਰ ਚੱਟਣ ਲੱਗ ਗਿਆ ਕਿ ਇੰਨੇ ਕੁ ਪਿਆਰ ਕਰਦੇ ਵਫਾਦਾਰ ਆ ਜਾਨਵਰ ਜਿਹੜੇ ਪਰਿੰਦੇ ਅਤੇ ਮੈਂ ਲਾਜ਼ਮੀ ਇਹ ਕਹਿਣਾ ਚਾਹੁੰਦਾ ਕਿ ਲਾਜ਼ਮੀ ਜਿਹੜੇ ਵੀ ਆਪਣੇ ਪਰਿੰਦੇ ਜਾਨਵਰ ਰੱਖਦੇ ਉਹਨਾਂ ਦੇ ਜਿਹੜੇ ਕੇਜ ਆ ਉਹਨਾਂ ਨੂੰ ਸਾਫ਼ ਸੁਥਰਾ ਰੱਖਿਆ ਕਰੋ ਪਿੰਜਰਿਆਂ ਉਹਨਾਂ ਦੇ ਭਾਵੇਂ ਕੁੱਤੇ ਹੋਵੇ ਭਾਵੇਂ ਤੋਤਾ ਹੋਵੇ ਜੋ ਵੀ ਮਗਰ ਉਹਨਾਂ ਨੂੰ ਬੜਾ ਸਾਫ਼ ਸੁਥਰਾ ਰੱਖੋ ਕਿ ਇੱਥੇ ਆਣ ਕੇ ਨਾ ਕਾਫੀ ਚੀਜ਼ਾਂ ਸਿੱਖੀਆਂ ਕਿ
ਅੱਛੇ ਤਰੀਕੇ ਨਾਲ ਮਤਲਬ ਹਿਫਾਜ਼ਤ ਨਾਲ ਰੱਖੋ ਉਹਨਾਂ ਨੂੰ ਕਿ ਚੀਜ਼ਾਂ ਦੇਖੋ ਕਿ ਉਹ ਮੁਰਗੀ ਲੈ ਕੇ ਆਈ ਅਤੇ ਬੜਾ ਹੋਇਆ ਯਾਰ ਚੀਜ਼ ਦੇਖਣ ਨੂੰ ਕਿ ਉਹਦੀ ਦਵਾਈ ਇਹ ਪਹਿਲਾਂ ਜਿੱਥੇ ਕੱਲ੍ਹ ਚੈੱਕ ਕਰਾਇਆ ਸੀ ਉਹਨਾਂ ਨੇ ਦਵਾਈ ਇੱਥੇ ਭੇਜਤੀ ਸੀ ਉਹਦੀ ਕਿ ਅਸੀਂ ਇਹ ਮੈਡੀਸਨ ਇਹਨੂੰ ਦਿੱਤੀ ਸੀ ਕੱਲ੍ਹ ਅਤੇ ਉਹ ਫਿਰ ਮੈਡੀਸਨ ਨਾ ਇੱਥੇ ਆ ਗਈ ਅਤੇ ਅਸੀਂ ਉਹਨਾਂ ਨਾਲ ਦਿਖਾਉਣਾ ਚਾਹੁੰਦੇ ਸੀ ਕਿ ਮੈਡੀਸਨ ਅਸੀਂ ਕਿਹਾ ਤੁਹਾਨੂੰ ਨਾ ਦਿਖਾਉਂਦੇ ਹਾਂ ਮੈਡੀਸਨ ਜਿਹੜੀ ਇਹਨੇ ਕੱਲ੍ਹ ਅਸੀਂ ਖਵਾਈ ਆ ਉਹ ਕਹਿੰਦੇ ਨਹੀਂ ਸਾਨੂੰ ਦੂਸਰੇ ਹੋਸਪਿਟਲ ਵਾਲਿਆਂ ਨੇ ਸਾਨੂੰ ਰੈਫਰ ਇੱਥੇ ਕਰਤੇ ਸਾਨੂੰ ਆ ਗਈ ਹੈ ਕਹਿੰਦੇ ਕਿ ਇਹਨੇ ਇਹ ਮੈਡੀਸਨ ਖਾਧੀ ਹੈ ਅਤੇ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਮਗਰ ਸਿਰਫ ਕੁੱਲ ਮਿਲਾ ਕੇ ਦਿਖਾਇਆ ਜਾ ਗਿਆ ਕਿ ਜਾਨਵਰਾਂ ਨਾਲ ਕਿੰਨਾ ਪਿਆਰ ਕਰਦੇ ਜਿਹੜੇ ਇੱਥੇ ਗੋਰੇ ਲੋਕ ਜੇ ਉਹ ਚੀਜ਼ਾਂ ਕਿ ਬਹੁਤ ਜ਼ਿਆਦਾ ਅਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਲਾਜ਼ਮੀ ਕਿ ਜੇ ਕੋਈ ਇੱਦਾਂ ਕੁੱਤਾ ਵਾ ਜਾਂ ਕੋਈ ਵੀ ਇੱਦਾਂ ਬਾਹਰ ਪਾਕਿਸਤਾਨ 'ਚ ਆਪਣੇ ਇੰਡੀਆ 'ਚ ਕਾਫੀ ਲੋਕ ਅਡੋਪਟ ਕਰਦੇ ਆ ਅਤੇ ਲਾਜ਼ਮੀ ਕੋਈ ਬਾਹਰ ਵਾਰਾ ਫਿਰਦਾ ਤਾਂ ਉਹਨੂੰ ਲਾਜ਼ਮੀ ਕੋਈ ਨਾ ਕੋਈ ਜਗ੍ਹਾ ਬਣਾ ਦਿਉ ਕਿ ਤਾਂ ਕਿ ਉਹ ਬਾਹਰ ਨਾ ਫਿਰ ਸਕੇ ਜਾਂ ਕਿਸੇ ਨੂੰ ਕੱਟੇ ਨਾ ਜਾਂ ਕੋਈ ਐਸਾ ਜਿੱਦਾਂ ਹਲਕਾਇਆ ਕਹਿ ਜਾਂਦੇ ਕਿ ਕੁੱਤਾ ਹੋ ਜਾਂਦਾ ਅਤੇ ਕਿਸੇ ਨੂੰ ਕੱਟੇ ਤਾਂ ਇਨਸਾਨ ਵੀ ਬਿਮਾਰ ਹੋ ਸਕਦਾ ਇਸ ਦੀ ਇੱਕ ਲਾਜ਼ਮੀ ਉਹਨਾਂ ਦਾ ਇਲਾਜ ਕਰਾਓ ਓਕੇ ਬਾਬਾ ਜੀ ਹੁਣ ਤੱਕ ਇਜਾਜ਼ਤ ਦਿਉ ਤੋਰ ਦਵਾਵਾਂ 'ਚ ਯਾਦ ਰੱਖੋ ਕਿ ਤੋਤਾ ਜਿਹੜਾ ਸਹੀ ਹੋ ਜੇ ਓਕੇ ਗੁੱਡ ਬਾਏ ਉਹੀ ਜਨਾਬ ਜਾਂਦੇ ਜਾਂਦੇ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰੋ ਔਰ ਐਨੀਮਲ ਦੀ ਵੀ ਲਾਜ਼ਮੀ ਜਨਾਬ ਹੁਣ ਪੂਰੇ ਭਾਰ ਦੇ ਨਾਲ ਹੁੰਦੀ ਰਹੇ ਹਿਫਾਜ਼ਤ ਓਕੇ ਗੁੱਡ ਬਾਏ ਹੁਣ ਤੱਕ ਸਲੀ ਸਾਹਿਬ ਨੂੰ ਇਜਾਜ਼ਤ ਦਿਉ।